संताप हो गया। ते हुन 84 विच भी होई, फिर बदलिया की? खून का बदला खून, तबाह कर दो अपने दुश्मनों को, काट दो। ये सारे हमले सिखा ते क्यों हो रहे ने? प्रधानमंत्री दे मर जान ते सारे दे सारे सिख किवें दोषी हो गए? जिन्होंने हमारी नेता को मारा उन्हें बख्शा नहीं जाएगा। दिल्ली सिखा दे खिलाफ जरा मौत का तांडव हो रहा है, वो कोई आम पब्लिक का रिएक्शन नहीं, बल्कि एक सोची समझी सियासी साजिश। त्वाडा वतन त्वाडा मान हुंदा है, त्वाडी पहचान हुंदा है, उसकी रखिया ले पूरी दुनिया ना लड़ सकते हो तुसी। पर जब अपना वतन ही पराया हो जाए फिर की करिए? आजादी की जंग 123 बंदे फांसी से चढ़े, जिन्हों चो 97 पंजाबी सन, पर इन कुर्बानियों का कोई मुल पिया नहीं। बोले सोनहाल ਕਸੂਰ ਸੀ ਉਹਨਾਂ ਹਜ਼ਾਰਾਂ ਸਿੱਖਾਂ ਦਾ ਜਿਨ੍ਹਾਂ ਨੂੰ 1984 ਵਿੱਚ ਕੋ ਕੋ ਕੇ ਮਾਰ ਦਿੱਤਾ ਗਿਆ। ਘਰੇ ਬੈਠ ਕੇ ਇਨਸਾਫ ਨਹੀਂ ਮਿਲਣਾ, ਇਨਸਾਫ ਲੈਣ ਲਈ ਸਾਨੂੰ ਸੜਕ ਤੇ ਆਉਣਾ ਹੀ ਪੈਣਾ ਹੈ। ਕੀ ਕਸੂਰ ਸੀ ਮੇਰੇ ਵਰਗੇ ਨੌਜਵਾਨ ਮੁੰਡਿਆਂ ਦਾ ਜਿਨ੍ਹਾਂ ਨੂੰ ਅੱਤਵਾਦੀ ਕਰਾਰ ਦੇ ਕੇ ਜੇਲ੍ਹਾਂ ਵਿੱਚ ਤੁਰ ਦਿੱਤਾ ਗਿਆ? ਬਹੁਤ ਕਰਮਾਂ ਵਾਲੀਆਂ ਹੁੰਦੀਆਂ ਨੇ ਅੰਮਾਵਾਂ ਜਿਨ੍ਹਾਂ ਨੂੰ ਆਪਣੇ ਪੁੱਤਰ ਕੌਮ ਦੀ ਰਾਖੀ ਕਰਨ ਲਈ ਭੇਜਣ ਦਾ ਮੌਕਾ ਮਿਲਦਾ ਹੈ। ਇਹ ਸਿਸਟਮ ਜਬ ਤੱਕ ਮੇਰੇ ਸਾਥ ਹੈ ਤੁਮ ਲੋਕ ਮੇਰਾ ਕੁਛ ਨਹੀਂ ਵਿਗਾੜ ਸਕਦੇ। ਕਤਲ ਕਰਵਾਏ ਨੇ ਤੂੰ ਬੜੀ ਸਫਾਈ ਦੇ ਨਾਲ, ਅਸੀਂ ਵੀ ਲਿਖਣਾ ਹੈ ਇਤਿਹਾਸ ਲਹੂ ਦੀ ਸਿਆਹੀ ਦੇ ਨਾਲ। ਹੁਣ ਮੈਂ ਕਿਸ ਨੂੰ ਵਤਨ ਕਹੂੰਗੀ? ਬੀਂਗ ਅ ਸਿੱਖ ਮੇਰਾ ਇੱਕ ਬੜੇ ਟਾਈਮ ਤੋਂ ਡਰੀਮ ਸੀਗਾ ਕਿ ਹੋਰ ਧਰਮਾਂ ਦੀਆਂ ਕਈ ਫਿਲਮਾਂ ਬਣੀਆਂ, ਵਰਲਡ ਵਾਰ ਦੇ ਉੱਪਰ, ਕ੍ਰਾਈਸਟ ਦੇ ਉੱਪਰ ਕਿੰਨੀਆਂ ਫਿਲਮਾਂ ਬਣੀਆਂ, ਪਰ ਸਿੱਖਾਂ ਦੇ ਉੱਪਰ ਇੰਨਾ 47 and 84 ਦੇ ਅੰਦਰ ਇੰਨਾ ਅਤਿਆਚਾਰ ਹੋਇਆ, ਅਤੇ ਮੈਂ ਵੀ ਕੁਛ ਅਗਰ ਕਰ ਸਕਾਂ ਤਾਂ ਮੈਂ ਕਰਾਂ। ਸਾਡੇ ਨਾਲ ਇਸ ਮੁਲਕ 'ਚ ਧੱਕਾ ਕੋਈ ਨਵੀਂ ਗੱਲ ਥੋੜ੍ਹਾ। ਬਬਲੀ ਜੀ ਇਜ਼ ਵਨ ਆਫ ਦਾ ਬੈਸਟ ਪ੍ਰੋਡਿਊਸਰ, ਉਹਨਾਂ ਨੇ ਮੈਨੂੰ ਇਨਸਿਸਟ ਕੀਤਾ ਫਿਲਮ ਕਰਨ ਦੇ ਲਈ। ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਰਾਜੀਵ ਇਹ ਫਿਲਮ ਜਿੱਦਾਂ ਦੀਆਂ ਫਿਲਮਾਂ ਤੂੰ ਬਣਾਉਣੀਆਂ ਚਾਹੁੰਦਾ ਇਹ ਉੱਦਾਂ ਦੀ ਸੰਵੇਦਨਸ਼ੀਲ ਫਿਲਮ ਹੈ, ਜੇ ਤੂੰ ਕਰੇਂਗਾ ਤੈਨੂੰ ਵੀ ਅੱਛਾ ਲੱਗੇਗਾ। ਆਜ਼ਾਦੀ ਦੀ ਜੰਗ 'ਚ 123 ਬੰਦੇ ਫਾਂਸੀ 'ਤੇ ਚੜ੍ਹੇ, ਜਿਨ੍ਹਾਂ 'ਚੋਂ 97 ਪੰਜਾਬੀ ਸਨ। ਇਸ ਮੂਵੀ ਨੂੰ ਮੈਂ 8 ਮਹੀਨੇ ਪਹਿਲੇ ਸਟਾਰਟ ਕੀਤਾ ਸੀਗਾ, ਔਰ ਈਚ ਐਂਡ ਐਵਰੀ ਸਕ੍ਰਿਪਟ ਡਾਇਲਾਗ ਸਭ 'ਤੇ ਮੈਂ ਆਪ ਬੈਠ ਕੇ ਕੁਛ ਲਿਖੀ ਕੁਛ ਲਿਖਵਾਈ। ਅੱਤਵਾਦੀ ਉਹ ਨਹੀਂ ਤੁਸੀਂ ਹੋ ਸਰਕਾਰੀ ਵਰਦੀਆਂ ਵਿੱਚ। ਬੋੜੀਏ ਬਕਵਾਸ ਬੰਦ ਕਰ, ਨਹੀਂ ਤਾਂ ਕੇਸ ਪਾ ਕੇ ਤੈਨੂੰ ਵੀ ਅੰਦਰ ਸੁੱਟਾਂਗਾ। ਫਿਲਮ ਦੀ ਸ਼ੂਟਿੰਗ ਦੇ ਦੌਰਾਨ ਮਤਲਬ ਉਹਨਾਂ ਦਾ ਕਿਤੇ ਵੀ ਇੰਟਰਫੇਰੈਂਸ ਨਹੀਂ ਸੀਗਾ, ਕਿਉਂਕਿ ਇਹ ਫਿਲਮ ਮੇਰੇ ਤੋਂ ਵੀ ਜ਼ਿਆਦਾ ਉਹਨਾਂ ਨੂੰ ਪਤਾ ਹੈ, ਕਿਉਂਕਿ ਇਹ ਉਹਨਾਂ ਦਾ ਫਸਟ ਹੈਂਡ ਐਕਸਪੀਰੀਅੰਸ ਹੈ। 84 'ਚ ਉਹਨਾਂ ਨੇ ਉਹ ਸਾਰਾ ਕੁਛ ਭੁਗਤਿਆ, ਕਿਉਂਕਿ ਉਹ ਦਿੱਲੀ ਰਹਿੰਦੇ ਨੇ, ਅਤੇ ਉਹ ਮਤਲਬ ਮੇਰੇ ਤੋਂ ਵੀ ਜ਼ਿਆਦਾ ਫਿਲਮ ਦੀ ਕਲੈਰਿਟੀ ਉਹਨਾਂ ਨੂੰ ਸੀ, ਇਸ ਕਰਕੇ ਵਿੱਚ ਵਿੱਚ ਆ ਕੇ ਮੈਨੂੰ ਸੁਜੈਸ਼ਨਸ ਵੀ ਦਿੰਦੇ ਸੀ ਜਿਹੜੀਆਂ ਮੈਂ ਬਹੁਤ ਗ੍ਰੇਸਫੁਲੀ ਮੰਨੀਆਂ ਵੀ ਨੇ। ਡਾਇਰੈਕਟਰ ਸਾਡੇ ਹੈਗੇ ਨੇ ਰਾਜੀਵ ਸ਼ਰਮਾ ਜੀ, ਔਰ ਬੜੇ ਹੀ ਮਿਹਨਤੀ ਇਨਸਾਨ ਨੇ, ਉਹਨਾਂ ਨੇ ਬਹੁਤ ਮਿਹਨਤ ਕੀਤੀ ਅਤੇ ਲਾਸਟ ਈਅਰ ਉਹਨਾਂ ਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਫਿਲਮ ਦਾ ਨਾਬਰ ਫਿਲਮ ਦਾ। ਔਰ ਮੈਂ ਡਾਇਰੈਕਟਰ ਨੂੰ ਚੂਜ਼ ਕੀਤਾ ਇਸ ਕਰਕੇ ਕਿ ਉਹਨਾਂ ਦੀ ਸੋਚ ਮੇਰੇ ਨਾਲ ਬਹੁਤ ਮਿਲਦੀ ਸੀਗੀ, ਸੀਨ ਬਾਈ ਸੀਨ ਮੈਂ ਉਹਨਾਂ ਨਾਲ ਬੈਠ ਕੇ ਡਿਸਕਸ ਕਰਦਾ ਸੀਗਾ, ਅਤੇ ਅਸੀਂ ਮਿਲ ਜੁਲ ਕੇ ਕੰਮ ਕੀਤਾ ਹੈ। ਮੈਂ ਫਿਲਮ ਐਕਟਰਸ ਨਾਲ ਬਣਾਉਣਾ ਚਾਹੁੰਦਾ ਬਜਾਏ ਕਿ ਸਟਾਰ ਦੇ, ਜੇ ਤੁਸੀਂ ਓਕੇ ਹੋ ਦੈਨ ਆਈ ਕੈਨ ਸਟਾਰਟ ਦਿਸ ਫਿਲਮ। ਅਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਜੇ ਤੁਸੀਂ ਐਕਟਰਸ ਦੇ ਨਾਲ ਫਿਲਮ ਬਣਾਉਣਾ ਚਾਹੁੰਦੇ ਆ ਉਹ ਸਟਾਰ ਨਹੀਂ ਵੀ ਹੈਗੇ ਤਾਂ ਵੀ ਆਰ ਓਕੇ ਵਿਦ ਇਟ। ਬਬਲੀ ਜੀ ਨੇ ਮੈਨੂੰ ਸਟੋਰੀ ਸੁਣਾਈ ਔਰ ਜਦੋਂ ਉਹਨਾਂ ਨੇ ਮੈਨੂੰ ਨਰੇਸ਼ਨ ਦਿੱਤੀ ਮੈਂ ਐਕਚੁਅਲੀ ਨਰੇਸ਼ਨ ਦੇ ਦੌਰਾਨ ਹੀ ਪਤਾ ਨਹੀਂ ਕਿੰਨੀ ਕੁ ਵਾਰੀ ਹੋ ਗਈ। ਜਦੋਂ ਮੈਨੂੰ ਇਸ ਮੂਵੀ ਦੀ ਸਟੋਰੀ ਬਾਰੇ ਦੱਸਿਆ ਗਿਆ
ਫਿਰ ਮੈਨੂੰ ਪਤਾ ਲੱਗਿਆ ਕਿ ਰਾਈਟਸ ਬਾਰੇ ਨੇ ਜੋ 47 ਤੇ 84 ਵਿੱਚ ਹੋਏ ਨੇ। ਇੱਕ ਲੰਬੀ ਕਹਾਣੀ। ਦਿਸ ਇਜ਼ ਸੱਚ ਅ ਲਵਲੀ ਪ੍ਰੋਜੈਕਟ ਕਿ ਪੰਜਾਬ ਦੇ ਵਿੱਚ ਆਈ ਥਿੰਕ ਦਿਸ ਵਿਲ ਬੀ ਦਾ ਸਿਨੇਮਾ ਚੇਂਜ ਹੋ ਜਾਏਗਾ ਪੰਜਾਬ ਦਾ ਜੋ ਇੱਕ ਵਿਊ ਪੁਆਇੰਟ ਹੈ ਨਾ ਸਿਨੇਮਾ ਨੂੰ ਲੈ ਕੇ ਇਸ ਮੂਵੀ ਤੋਂ ਬਾਅਦ ਉਹ ਚੇਂਜ ਹੋ ਜਾਏਗਾ। ਇੱਕ ਪ੍ਰਧਾਨ ਮੰਤਰੀ ਦੇ ਮਰ ਜਾਣ ਤੇ ਸਾਰੇ ਦੇ ਸਾਰੇ ਸਿੱਖ ਕਿਵੇਂ ਦੋਸ਼ੀ ਹੋਵੇ? ਸਾਨੂੰ ਅੱਜ 47 ਤੇ 84 ਬਣਾਉਣਾ ਬਹੁਤ ਚੈਲੇਂਜਿੰਗ ਲੱਗਿਆ ਕਿਉਂਕਿ 47 ਨੂੰ ਵੀ ਅੱਜ 60-65 ਸਾਲ ਹੋ ਚੁੱਕੇ ਹੈ ਤੇ 84 ਨੂੰ ਵੀ ਆਲਮੋਸਟ 30 ਸਾਲ ਹੋ ਗਏ ਹੈ, 30-32 ਸਾਲ ਹੋ ਚੁੱਕੇ ਹੈ ਅਤੇ ਉਹ ਸਾਨੂੰ ਲੋਕੇਸ਼ਨਾਂ ਨਹੀਂ ਮਿਲਦੀਆਂ ਸੀਗੀਆਂ ਕਿੱਥੇ ਅਸੀਂ ਸ਼ੂਟ ਕਰ ਸਕਦੇ ਹਾਂ, ਪਰ ਅਸੀਂ ਲੱਭ ਲੱਭ ਕੇ ਕਿਸੇ ਤਰੀਕੇ ਲੋਕੇਸ਼ਨਾਂ ਦੇ ਉੱਪਰ ਇਹ ਕੰਮ ਕੀਤਾ। ਕਾਫੀ ਸਾਰੀ ਜਗ੍ਹਾਵਾਂ 'ਤੇ ਗਏ ਅਤੇ ਦੇਖਿਆ ਕਿ 47 'ਚ ਪੰਜਾਬ ਕਿੱਦਾਂ ਦਾ ਹੋਏਗਾ, ਉਹਦੇ ਲਈ ਕਿਹੜੀ ਜਗ੍ਹਾ ਢੁੱਕਵੀਂ ਹੋ ਸਕਦੀ ਹੈ ਅਤੇ ਸਾਨੂੰ ਸਾਰੀਆਂ ਜਗ੍ਹਾਵਾਂ 'ਚੋਂ ਮਲੇਰਕੋਟਲਾ ਹੀ ਇੱਦਾਂ ਦੀ ਜਗ੍ਹਾ ਲੱਗੀ ਜਿਹੜੀ ਸਾਨੂੰ ਲੱਗਿਆ ਕਿ ਅੱਜ ਵੀ 47 ਦੇ ਪੰਜਾਬ ਵਰਗੀ ਹੋਈ ਹੈ। ਜਦੋਂ ਦੇਸ਼ ਦਾ ਬਟਵਾਰਾ ਹੋਇਆ ਹੋਏਗਾ ਉਦੋਂ ਕੀ ਹੋਇਆ ਹੋਏਗਾ? ਸਾਹਿਬ ਜੀ ਦੇਸ਼ ਦਾ ਬਟਵਾਰਾ ਹੋ ਗਿਆ। ਇਹ ਕੀ ਕਹਿ ਰਹੇ ਹਨ? ਬਸ ਹੁਣ ਪਾਕਿਸਤਾਨ ਚਾਹੀ। ਪਾਕਿਸਤਾਨ ਮਲੇਰਕੋਟਲਾ ਨੂੰ ਅਸੀਂ ਪਾਕਿਸਤਾਨ ਬਣਾਇਆ ਸੀਗਾ। ਪਾਕਿਸਤਾਨ ਦਾ ਪੂਰਾ ਅਸੀਂ ਸਟੇਸ਼ਨ ਲਾਹੌਰ ਜਿਸ ਤਰ੍ਹਾਂ ਉਹਨਾਂ ਦੇ ਪਿੰਡ ਸਾਰੇ ਅਸੀਂ ਸੈੱਟ ਬਣਾਏ। ਸੇਮ ਡੇ ਅਸੀਂ ਦੋ ਸੀਨ ਲਏ, ਇੱਕ ਡੇ ਟਾਈਮ 'ਚ ਗੱਤਕਾ ਔਰ ਨਾਈਟ ਟਾਈਮ ਦੇ ਅੰਦਰ ਪਾਕਿਸਤਾਨ ਦਾ ਬਾਜ਼ਾਰ। ਧਿਆਨ ਸਿੱਧਾ ਦੁਸ਼ਮਣ ਦੀਆਂ ਅੱਖਾਂ 'ਚ ਤੇ ਹੱਥ ਦੀ ਪਕੜ ਮਜ਼ਬੂਤ। ਸਮਝ ਗਿਆ ਨਾ? ਜੀ ਗੁਰੂ ਜੀ। ਸਾਨੂੰ ਉਸ ਬਾਜ਼ਾਰ ਦੇ ਅੰਦਰ ਇੰਨੀ ਤਕਲੀਫ ਹੋਈ, ਇੰਨੇ ਕਰਾਊਡ ਨੇ ਸਾਨੂੰ ਤੰਗ ਕੀਤਾ ਕਿ ਕਰਾਊਡ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਗਿਆ। ਜਦੋਂ ਅਸੀਂ ਪਿਕਚਰ ਸਟਾਰਟ ਕੀਤੀ ਸੀ ਨਾ ਉਦੋਂ ਸਾਨੂੰ ਲੱਗਦਾ ਸੀਗਾ, ਬੜਾ ਸਨੀ ਵੈਦਰ ਸੀਗਾ ਕਿ ਅਸੀਂ ਅਚੀਵ ਕਰ ਲਾਂਗੇ, ਪਰ ਕੁਛ ਟਾਈਮ ਬਾਅਦ ਹੀ ਬੜੀ ਫੌਗ ਸ਼ੁਰੂ ਹੋ ਗਈ। ਸੋ ਅਸੀਂ ਕੀ ਕੀਤਾ, ਅਸੀਂ ਫਿਲਮ ਦੀ ਸ਼ਡਿਊਲਿੰਗ ਇਸ ਤਰੀਕੇ ਨਾਲ ਕੀਤੀ ਕਿ ਜਿੰਨੇ ਵੀ ਆਊਟਡੋਰ ਸੀਨ ਸੀ ਅਸੀਂ ਕੋਸ਼ਿਸ਼ ਕੀਤੀ ਕਿ ਉਹ ਸ਼ੁਰੂ 'ਚ ਖਤਮ ਹੋ ਜਾਣ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਸੀਗਾ ਕਿ ਸਾਨੂੰ ਕੁਦਰਤ ਨੇ ਬੜਾ ਸਾਥ ਦਿੱਤਾ, ਰੱਬ ਨੇ ਬੜਾ ਸਾਥ ਦਿੱਤਾ ਕਿ ਸਾਨੂੰ ਫੌਗ ਚਾਹੀਦੀ ਤਾਂ ਫੌਗ ਮਿਲਦੀ ਸੀਗੀ, ਧੁੱਪ ਚਾਹੀਦੀ ਤਾਂ ਧੁੱਪ ਮਿਲਦੀ ਸੀਗੀ। ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਬਹੁਤ ਵਧੀਆ ਹੋਈਆਂ ਕਿਉਂਕਿ ਹੋ ਸਕਦਾ ਸਾਡੀਆਂ ਟੈਨਸ਼ਨ ਚੰਗੀਆਂ ਹੋਣ ਇਸ ਕਰਕੇ ਕੁਦਰਤ ਨੇ ਸਾਡਾ ਬੜਾ ਸਾਥ ਦਿੱਤਾ। ਇੱਕ ਸੀਨ ਸੀ ਜਿਹਦੇ ਦਾ ਲਾਸ਼ਾਂ ਦਾ ਢੇਰ ਸੀਗਾ, ਉੱਥੇ ਬਜ਼ੁਰਗ ਵੀ ਸੀਗੇ ਅਤੇ ਛੋਟੇ ਛੋਟੇ ਬੱਚੇ ਵੀ, ਤਾਂ ਉਹ ਸ਼ੂਟਿੰਗ ਦੇ ਵਿੱਚ ਪੁਲਿਸ ਆ ਗਈ ਸੀ ਸ਼ੂਟਿੰਗ ਰੋਕਣ ਵਾਸਤੇ, ਅਤੇ ਇੱਦਾਂ ਦੇ ਯੂ ਨੋ ਕਾਫੀ ਸਟਰਗਲ ਵੀ ਹੋਇਆ ਹੈ। ਇਸ ਸੌਂਗ ਦੇ ਅੰਦਰ ਅਸੀਂ ਇਹ ਫਿਲਮਾਇਆ ਹੈ ਕਿ ਕਿਸ ਤਰ੍ਹਾਂ ਜਦੋਂ ਇੱਕੋ ਸੀਗਾ ਹਿੰਦੁਸਤਾਨ ਪਾਕਿਸਤਾਨ, ਅਤੇ ਉਸ ਵੇਲੇ ਜਿਹੜੇ ਸਾਂਝੇ ਪਰਿਵਾਰ ਕਿਸ ਤਰ੍ਹਾਂ ਰਹਿੰਦੇ ਸੀਗੇ ਔਰ ਕਿਸ ਤਰ੍ਹਾਂ ਖੁਸ਼ਹਾਲ ਸੀਗੇ, ਕਿਸੇ ਦਾ ਕੋਈ ਮਜ਼ਹਬ ਨਹੀਂ ਸੀਗਾ, ਚਾਹੇ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਸਿਰਫ ਉਹਨਾਂ ਦਾ ਮਜ਼ਹਬ ਸੀਗਾ ਪਿਆਰ, ਆਪਸ 'ਚ ਕਿੰਨਾ ਪਿਆਰ ਬਣਿਆ ਹੋਇਆ ਸੀਗਾ। ਫਿਲਮ ਦੇ ਅੰਦਰ ਅਸੀਂ ਐਸੇ ਸੀਨ ਫਿਲਮਾਏ ਕਿ ਜਦੋਂ ਅਸੀਂ ਉਹਨਾਂ ਸੀਨਸ ਨੂੰ ਸ਼ੂਟ ਕਰ ਰਹੇ ਸੀ ਤਾਂ ਇੰਨੇ ਜ਼ਿਆਦਾ ਇਮੋਸ਼ਨ, ਇੰਨਾ ਜ਼ਿਆਦਾ ਸੀਰੀਅਸਨੈਸ ਔਰ ਇੰਨਾ ਇਮੋਸ਼ਨ ਕ੍ਰੀਏਟ ਹੋ ਰਿਹਾ ਸੀ ਨਾ ਕਿ ਮਤਲਬ ਉੱਥੇ ਸੈੱਟਸ ਦੇ ਉੱਪਰ ਹੀ ਮੈਂ ਕੁਛ ਲੋਕਾਂ ਨੂੰ ਦੇਖਿਆ ਕਿ ਜੋ ਮਤਲਬ ਉਹਨਾਂ ਦੇ ਅੱਖਾਂ ਦੇ ਵਿੱਚ ਪਾਣੀ ਆ ਗਿਆ ਸੀ।
बहुत ही ज्यादा पेनफुल मोमेंट्स है। कई बार ऐसा भी होता सी कि जो हर जगह पे आए ब्लड ब्लड देखते हैं लोगों के लोग दे किसी के गल के टायर पा के उन्होंने अग लगी हुई है एक पूरा इंसान जलता होया थोड़े सामने आ रहा है तो मतलब एकदम रूह कंडा खड़ा हो जाता सी वेख के इंदा सीन में बड़ा अफसोस भी होता सीगा कि असी किस तरह की पिक्चर बना रहे हैं। की होया साडे नाल असीं क्यों कर रहे हैं इह बट हिस्टरी नूं तां असीं जिंदा रखना ही है ना। और कई बार तां इह भी होया कि जदों मैं कोई सीन फिल्मा रहा हुंदा सीगा जदों उह सीन लई असीं टेक कर रहे हैं तां उह सीन नूं करन तों बाद वैनिटी दे अंदर जाके भी मैनूं मेरियां अखां मतलब भरियां हुंदियां सीगियां रोणा आ जांदा सी उहनां सीन्स नूं लै के। जो मैं मतलब सोच के इन्हां चीज़ां नूं मेरे अंदर ये फीलिंग आती है कि यार जो रियल के अंदर ये चीज़ लोगों नाल बीती होएगी तो उस वेले का की माहौल होएगा। एक मोमेंट है बहुत ही इंपॉर्टेंट मोमेंट है फिल्म का जिहड़ा कि आई थिंक थर्ड लास्ट सीन है उस फिल्म का जिस वेले मैं अपने बेटे नूं एक मिशन ते भेज दिया। बीजी अज जो नूर मैं तुहाडे चेहरे ते देख रहा पहला कदे नहीं देखिया। बेटा जी बहुत करमा वालियां हुंदियां ने मामा जिन्हां नूं अपने पुत्र कौम दी राखी करन लई भेजण दा मौका मिलदा है। एक सीन है इस फिल्म दे अंदर जिस दे अंदर दिखाया है कि जो मेरे घर दे उपर हालांकि जो मैं घरे नहीं हुंदा उदों हमला हुंदा है किस तरह मतलब मेरे परिवार नाल बीतदा मेरी मदर नाल की बीतदा मेरी भैन नाल की बीतदा तो उस तो बाद जो मैं घर आना तो मैं अपनी भैन नूं जूझते हुए देखदा अपने हत्थां दे विच मेरे हत्थां दे विच उह दम तोड़दी है। ਤੁਹਾਡਾ ਵਤਨ ਤੁਹਾਡਾ ਮਾਣ ਹੁੰਦਾ ਹੈ ਤੁਹਾਡੀ ਪਹਿਚਾਣ ਹੁੰਦਾ ਹੈ ਉਸਦੀ ਰੱਖਿਆ ਲਈ ਪੂਰੀ ਦੁਨੀਆ ਨਾਲ ਲੜ ਸਕਦੇ ਹੋ ਤੁਸੀਂ ਪਰ ਜਦ ਆਪਣਾ ਵਤਨ ਹੀ ਪਰਾਇਆ ਹੋ ਜਾਏ ਫਿਰ ਕੀ ਕਰੇਂਗੇ ਘਰੇ ਬੈਠ ਕੇ ਇਨਸਾਫ਼ ਨਹੀਂ ਮਿਲਣਾ ਇਨਸਾਫ਼ ਲੈਣ ਲਈ ਸਾਨੂੰ ਸੜਕ ਤੇ ਆਉਣਾ ਹੀ ਪੈਣਾ ਹੈ एक प्रधानमंत्री दे मर जाण ते सारे दे सारे सिख किवें दोषी हो गए। ये रात है काली